ਰੈਡੀ। ਕੇਂਦਰ ਸਰਕਾਰ ਵੱਲੋਂ ਉਦਯੋਗਿਕ ਸਮਾਰਟ ਸ਼ਹਿਰ ਉਸਾਰਨ ਲਈ ਬਣਾਈ ਗਈ ਯੋਜਨਾ ਵਿੱਚ ਪੰਜਾਬ ਦੇ ਰਾਜਪੁਰਾ ਸ਼ਹਿਰ ਦਾ ਨਾਂ ਸ਼ਾਮਲ ਕਰਨ ਦੀ ਖਬਰ ਸੂਬੇ ਲਈ ਇਸ ਕਰਕੇ ਧਰਵਾਸ ਅਤੇ ਤਸੱਲੀ ਦੇਣ ਵਾਲੀ ਕਹੀ ਜਾ ਸਕਦੀ ਹੈ, ਕਿਉਂਕਿ ਪਿਛਲੇ ਸਾਲਾਂ ਵਿੱਚ ਸੂਬੇ ਨੇ ਵਿਕਾਸ ਦੇ ਖੇਤਰ ਵਿੱਚ ਗਵਾਇਆ ਬਹੁਤ ਕੁਝ ਹੈ ਪਰ ਪਾਇਆ ਬਹੁਤ ਘੱਟ ਹੈ। ਟੰਡੀ ਜੇਕਰ ਇਸ ਨੂੰ ਵਿਕਾਸ ਕਰਨ ਲਈ ਅਜਿਹਾ ਕੁਝ ਮੌਕਾ ਮਿਲਦਾ ਵੀ ਰਿਹਾ ਹੈ ਤਾਂ ਸੂਬਾ ਸਰਕਾਰ ਦੀ ਅਣਗਹਿਲੀ ਅਤੇ ਬਦ ਇੰਤਜ਼ਾਮੀ ਕਰਕੇ ਉਸ ਦਾ ਬਹੁਤਾ ਫਾਇਦਾ ਨਹੀਂ ਉਠਾਇਆ ਜਾ ਸਕਿਆ। ਡੰਡੀ ਕਈ ਸਾਲ ਪਹਿਲਾਂ ਕੇਂਦਰ ਵੱਲੋਂ ਵੱਖ ਵੱਖ ਸੂਬਿਆਂ ਵਿੱਚ ਜੋ ਸਮਾਰਟ ਸ਼ਹਿਰਾਂ ਦੀ ਉਸਾਰੀ ਦੀ ਯੋਜਨਾ ਉਲੀਕੀ ਗਈ ਸੀ ਉਸ ਦਾ ਵੀ ਸੂਬਾ ਸਰਕਾਰ ਦੀ ਢਿੱਲੀ ਮੱਠੀ ਨੀਤੀ ਅਤੇ ਭ੍ਰਿਸ਼ਟਾਚਾਰ ਕਾਰਨ ਲਾਭ ਨਹੀਂ ਉਠਾਇਆ ਜਾ ਸਕਿਆ। ਡੰਡੀ ਜਿਨ੍ਹਾਂ ਸ਼ਹਿਰਾਂ ਦੀ ਨਵ ਉਸਾਰੀ ਲਈ ਵੱਡੇ ਫੰਡ ਆਏ ਜਾਂ ਆਉਂਦੇ ਸਨ ਉਹਨਾਂ ਸ਼ਹਿਰਾਂ ਉੱਤੇ ਸਰਸਰੀ ਨਜ਼ਰ ਮਾਰਿਆ ਹਾਲੇ ਵੀ ਉਹਨਾਂ ਦੇ ਖਸਤੇਪਣ ਦਾ ਅਹਿਸਾਸ ਹੋ ਜਾਂਦਾ ਹੈ। ਡੰਡੀ ਸੂਬੇ ਦੀਆਂ ਕਾਰਪੋਰੇਸ਼ਨਾਂ ਲਈ ਜੇਕਰ ਕੂੜੇ ਕਰਕਟ ਨੂੰ ਸਮੇਟਣ, ਉਸ ਦੀ ਖਾਦ ਬਣਾਉਣ ਜਾਂ ਉਸ ਤੋਂ ਕੋਈ ਹੋਰ ਲਾਭ ਲੈਣ ਲਈ ਯੋਜਨਾਵਾਂ ਬਣਾਈਆਂ ਗਈਆਂ ਤਾਂ ਉਹ ਵੀ ਆਪਸੀ ਖਹਿਬਾਜ਼ੀ ਅਤੇ ਤਕਰਾਰਾਂ ਵਿੱਚ ਹੀ ਗਵਾਚ ਗਈਆਂ। ਡੰਡੀ ਅੱਜ ਵੀ ਵੱਡੇ ਛੋਟੇ ਸ਼ਹਿਰਾਂ ਵਿੱਚ ਕੂੜੇ ਕਰਕਟ ਦੇ ਵੱਡੇ ਵੱਡੇ ਢੇਰ ਦਿਖਾਈ ਦਿੰਦੇ ਹਨ। ਡੰਡੀ ਇਹਨਾਂ ਸ਼ਹਿਰਾਂ ਵਿੱਚ ਘੁੰਮਦਿਆਂ ਕਿਸੇ ਤਰ੍ਹਾਂ ਦੀ ਸੁਚੱਜੀ ਅਤੇ ਚੰਗੀ ਰੈਡੀ ਤਰਤੀਬ ਸਾਹਮਣੇ ਨਹੀਂ ਆਉਂਦੀ। ਡੰਡੀ ਖਾਸ ਤੌਰ ਉੱਤੇ ਸਮੇਂ ਸਮੇਂ ਉਸਾਰੇ ਜਾਂਦੇ ਸਨਅਤੀ ਖੇਤਰਾਂ ਦਾ ਖਸਤਾ ਹਾਲ ਦੇਖ ਕੇ ਪਰੇਸ਼ਾਨੀ ਹੁੰਦੀ ਹੈ। ਡੰਡੀ ਅੱਜ ਕੱਲ੍ਹ ਬਰਸਾਤਾਂ ਦੇ ਦਿਨਾਂ ਵਿੱਚ ਕੁਝ ਘੰਟਿਆਂ ਦੇ ਪਏ ਮੀਂਹ ਤੋਂ ਬਾਅਦ ਸ਼ਹਿਰਾਂ ਵਿੱਚ ਮੁੜ ਜੀਵਨ ਆਮ ਵਾਂਗ ਹੋਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਡੰਡੀ ਹਰ ਸ਼ਹਿਰ ਵਿੱਚ ਟੁੱਟੀਆਂ ਫੁੱਟੀਆਂ ਅਤੇ ਟੋਇਆਂ ਵਾਲੀਆਂ ਸੜਕਾਂ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਡੰਡੀ ਵੱਡਾ ਕਾਰਨ ਯੋਜਨਾਬੰਦੀ ਦੇ ਨਾਲ ਨਾਲ ਵਿੱਢੇ ਕੰਮਾਂ ਦੀ ਠੀਕ ਢੰਗ ਨਾਲ ਨਜ਼ਰਸਾਨੀ ਦਾ ਨਾ ਹੋਣਾ ਹੈ। ਡੰਡੀ ਇਹ ਤਾਂ ਇੱਕ ਵਰਤਾਰਾ ਹੀ ਬਣ ਚੁੱਕਾ ਹੈ ਕਿ ਹਰ ਛੋਟੀਆਂ ਵੱਡੀਆਂ ਯੋਜਨਾਵਾਂ ਨੂੰ ਭ੍ਰਿਸ਼ਟਾਚਾਰ ਰੂਪੀ ਦੈਂਤ ਨਿਗਲ ਰਿਹਾ ਹੈ। ਡੰਡੀ ਅਫਸੋਸ
ਇਸ ਗੱਲ ਦਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਜੋ ਵੀ ਵਿਕਾਸਮੁਖੀ ਕੇਂਦਰੀ ਯੋਜਨਾਵਾਂ ਪੰਜਾਬ ਨੂੰ ਦੇਣ ਦਾ ਯਤਨ ਕੀਤਾ ਗਿਆ ਉਹ ਸੂਬਾ ਸਰਕਾਰ ਲੈ ਸਕਣ ਤੋਂ ਅਸਮਰੱਥ ਰਹੀ। ਟੰਡੀ ਇਸ ਦੇ ਮੁਕਾਬਲੇ ਦੂਸਰੇ ਬਹੁਤੇ ਸੂਬਿਆਂ ਨੇ ਅਜਿਹੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਕੇ ਆਪਣੇ ਲੋਕਾਂ ਲਈ ਵੱਧ ਤੋਂ ਵੱਧ ਲਾਭ ਉਠਾਉਣ ਦਾ ਯਤਨ ਕੀਤਾ ਹੈ। ਡੰਡੀ ਇਹੀ ਕਾਰਨ ਹੈ ਕਿ ਅੱਜ ਪੰਜਾਬ ਬੁਰੀ ਤਰ੍ਹਾਂ ਪਛੜ ਗਿਆ ਹੈ, ਜਦੋਂ ਕਿ ਉਸੇ ਹੀ ਸਮੇਂ ਦੂਸਰੇ ਸੂਬੇ ਇਸ ਤੋਂ ਕਿਤੇ ਅੱਗੇ ਲੰਘ ਚੁੱਕੇ ਹਨ। ਡੰਡੀ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕਾਰੀਡੋਰ ਬਣਾਉਣ ਦੀ ਯੋਜਨਾ ਲਿਆਂਦੀ, ਜੋ ਅੱਧ ਵਿਚਾਲੇ